ਸਤਿ ਸ਼੍ਰੀ ਅਕਾਲ ਜੀ, ਜਸਟ ਵੀ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਕਿਹਾ ਜਾਂਦਾ ਸੀ ਕਿ ਕਿਸਾਨੀ ਪੰਜਾਬ ਦਾ ਮੁੱਖ ਕਿੱਤਾ ਹੈ। ਸਾਡੇ ਪੰਜਾਬੀ ਸ਼ੁਰੂ ਤੋਂ ਹੀ, ਮੁੱਢ ਤੋਂ ਹੀ ਲੈ ਕੇ ਲਗਾਤਾਰ ਕਿਸਾਨੀ ਕਰਦੇ ਆ ਰਹੇ ਨੇ। ਦਾਦੇ ਦਾ ਪੋਤੇ ਦੇ ਨਾਲ ਰਿਸ਼ਤਾ ਹੁੰਦਾ ਸੀ ਕਿਸਾਨੀ ਦਾ, ਹਰ ਪੱਧਰ ਦੇ ਉੱਤੇ ਕਿਸਾਨੀ ਕੀਤੀ ਜਾਂਦੀ ਸੀ। ਇੱਕ ਪਿਛੋਕੜ ਪਰਿਵਾਰਕ ਕਿੱਤਾ ਮੰਨਿਆ ਜਾਂਦਾ ਸੀ ਕਿਸਾਨੀ, ਪਰ ਅੱਜ ਨੌਜਵਾਨ ਪੀੜ੍ਹੀ ਕਿਸਾਨੀ ਤੋਂ ਪਰੇ ਹੁੰਦੀ ਜਾ ਰਹੀ ਹੈ। ਖੁਦ ਕਿਸਾਨ ਜਿਹੜੇ ਲਗਾਤਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਕਰਕੇ ਆਪਣਾ ਜਿਹੜਾ ਕਿਸਾਨੀ ਨੂੰ ਰੁਜ਼ਗਾਰ ਮੰਨਦੇ ਸਨ, ਅੱਜ ਉਹ ਕਿਸਾਨ ਵੀ ਜਿਹੜੇ ਹੈਗੇ ਨੇ ਉਹ ਕਿਸਾਨੀ ਨੂੰ ਛੱਡ ਰਹੇ ਨੇ, ਹੋਰ ਕਿੱਤੇ ਅਪਣਾ ਰਹੇ ਨੇ। ਹਾਲਾਂਕਿ ਨੌਜਵਾਨ ਪੀੜ੍ਹੀ ਇਹਨਾਂ ਸਾਰਿਆਂ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ। ਅੱਜ ਕਿਸਾਨੀ ਇੰਨੀ ਗੰਧਲੇ ਦੌਰ ਦੇ ਵਿੱਚੋਂ ਕਿਉਂ ਗੁਜ਼ਰ ਰਹੀ ਹੈ, ਸਰਕਾਰਾਂ ਦਾ ਇਸ ਪ੍ਰਤੀ ਕੀ ਰੋਲ ਹੈ, ਕੁਝ ਕਿਸਾਨ ਸਾਡੇ ਨਾਲ ਮੌਜੂਦ ਹੈਗੇ ਨੇ, ਕਿਉਂਕਿ ਵੱਡਾ ਵਿਸ਼ਾ ਬਣਦਾ ਜਾ ਰਿਹਾ ਕਿ ਆਖਿਰ ਨੌਜਵਾਨ ਪੀੜ੍ਹੀ ਅਤੇ ਕਿਸਾਨ ਕਿਸਾਨੀ ਕਿਉਂ ਛੱਡ ਰਹੇ ਨੇ, ਖੇਤੀਬਾੜੀ ਕਿਉਂ ਨਹੀਂ ਅਪਣਾ ਰਹੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਗੁਰਦਿਆਲ ਸਿੰਘ। ਅੱਛਾ ਗੁਰਦਿਆਲ ਜੀ, ਇੱਕ ਸਵਾਲ ਲਗਾਤਾਰ ਹਰ ਪੱਧਰ ਦੇ ਉੱਤੇ ਹਰ ਵਰਗ ਦੇ ਵੱਲੋਂ ਚੁੱਕਿਆ ਜਾ ਰਿਹਾ ਕਿ ਆਖਿਰ ਕਿਸਾਨ ਹੈਗੇ ਨੇ ਜਿਹੜੇ ਉਹ ਕਿਸਾਨੀ ਕਿਉਂ ਛੱਡ ਰਹੇ ਨੇ, ਤੁਹਾਡੇ ਮੁਤਾਬਿਕ ਕਿਉਂ ਦੂਰ ਹੋ ਰਹੇ ਨੇ ਕਿਸਾਨੀ ਤੋਂ? ਸਰ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਕਿਸਾਨੀ ਦੇ ਵਿੱਚ ਕੁਛ ਬਚਦਾ ਹੀ ਨਹੀਂ ਹੈ। ਦੋ ਮੁੱਖ ਫਸਲਾਂ ਹੁੰਦੀਆਂ ਸੀ, ਕਣਕ ਅਤੇ ਝੋਨਾ। ਉਹ ਇੰਨਾ ਕੁ ਸੀ ਵੀ 6-6 ਮਹੀਨੇ ਬਾਅਦ ਪਾਲਣਾ ਪੈਂਦਾ ਸੀ, ਬਾਅਦ 'ਚ ਪਤਾ ਨਹੀਂ ਕੁਛ ਬਚੇ ਜਾਂ ਨਾ ਬਚੇ, ਕਿਉਂਕਿ ਲਾਗਤ ਜ਼ਿਆਦਾ ਹੁੰਦੀ ਸੀ ਅਤੇ ਮੁਨਾਫਾ ਘੱਟ ਹੁੰਦਾ ਸੀ। ਉਸ ਤੋਂ ਬਾਅਦ ਪ੍ਰੇਰਿਤ ਕੀਤਾ ਵੀ ਸਬਜ਼ੀਆਂ ਦਾ ਕੰਮ ਸ਼ੁਰੂ ਕਰੀਏ। ਸਬਜ਼ੀਆਂ ਦਾ ਵੀ ਕੋਈ ਢੁੱਕਵਾਂ ਮੁੱਲ ਨਹੀਂ ਮਿਲਦਾ ਪਿਆ, ਨਾ ਇਸ ਬਾਰੇ ਸਰਕਾਰਾਂ ਕੁਛ ਸੋਚ ਰਹੀਆਂ ਵਾ, ਨਾ ਕੋਈ ਮੰਡੀਕਰਨ ਸਹੀ ਆ। ਕਈ ਵਾਰ ਖਰਚਾ ਜ਼ਿਆਦਾ ਹੋ ਜਾਂਦਾ ਅਤੇ ਕਮਾਈ ਘੱਟ ਹੋ ਜਾਂਦੀ ਆ, ਜਿਹਦਾ ਕਾਰਨ ਬਚਦਾ ਨਹੀਂ, ਕੋਈ ਪਰਿਵਾਰ ਨਹੀਂ ਗਾ ਚੱਲਦੇ। ਇਸ ਕਰਕੇ ਕਿਸਾਨੀ ਤੋਂ ਦੂਰ ਹੋਣਾ ਸੋਚ ਰਹੇ ਹਾਂ। ਅੱਛਾ, ਨੌਜਵਾਨਾਂ ਦੀ ਗੱਲ ਕੀਤੀ ਜਾਵੇ, ਨੌਜਵਾਨ ਵੀ ਖੇਤੀਬਾੜੀ ਛੱਡ ਕੇ ਹੋਰ ਕਿੱਤਿਆਂ ਵੱਲ ਵਧੇਰੇ ਰੁਝਾਨ ਦਿਖਾ ਰਹੇ ਨੇ। ਉਹਨਾਂ ਦੇ ਮਾਂ ਪਿਓ ਵੀ ਚਾਹੁੰਦੇ ਨੇ ਕਿ ਕਿਸਾਨੀ ਨਾ ਕੀਤੀ ਜਾਵੇ, ਹੋਰ ਕਿੱਤੇ ਅਪਣਾਏ ਜਾਣ। ਇਹਦੇ ਪਿੱਛੇ ਕਾਰਨ ਕੀ ਮੰਨਦੇ? ਇਹਦੇ ਪਿੱਛੇ ਕਾਰਨ ਇਹ ਹੈ ਕਿ ਕਿਉਂਕਿ ਸਾਰੀ ਉਮਰ ਖੇਤੀ ਕੀਤੀ ਹੁੰਦੀ ਮਾਂ ਬਾਪ ਨੇ, ਸਾਰੀ ਉਮਰ ਦਾ ਉਹਨਾਂ ਨੇ ਸਿੱਟਾ ਕੱਢਿਆ ਹੁੰਦਾ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ 'ਚ ਕੀ ਕਮਾਇਆ ਅਤੇ ਆਪਣੇ ਬੱਚਿਆਂ ਨੂੰ ਕੀ ਦਿੱਤਾ। ਉਹਨਾਂ ਨੂੰ ਲੱਗਦਾ ਕਿ ਇਹਦੇ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ। ਉਹਦਾ ਮੁੱਖ ਕਾਰਨ ਇਹ, ਜਾਂ ਤਾਂ ਪੜ੍ਹ ਲਿਖ ਕੇ ਕੋਈ ਬੱਚੇ ਆਪਣੀ ਨੌਕਰੀ ਕਰਨ, ਨੌਕਰੀਆਂ ਤਾਂ ਆਪਾਂ ਨੂੰ ਮਿਲਣੀਆਂ ਨਹੀਂ ਆ, ਆਪਾਂ ਨੂੰ ਦੇਖ ਹੀ ਰਿਹਾ ਵਾ ਕਿੰਨਾ ਪੜ੍ਹ ਰਹੇ ਹਾਂ, ਕਿੰਨੇ ਜ਼ਿਆਦਾ ਪੜ੍ਹੇ ਲਿਖੇ ਬੱਚੇ ਅੱਜ ਵੀ ਜਿਹੜੇ ਬੇਰੁਜ਼ਗਾਰੀ ਫਿਰ ਰਹੇ ਆ। ਕੋਈ ਛੋਟੀ ਮੋਟੀ ਦੁਕਾਨ ਕਰ ਰਿਹਾ ਵਾ, ਕੋਈ ਬਾਹਰ ਚਲੇ ਜਾਂਦਾ ਵਾ, ਜੇ ਕੋਈ ਬਾਹਰ ਵੀ ਚਲੇ ਜਾਂਦਾ ਉਹ ਫਿਰ ਵੀ ਆਪਣੇ ਪਿੱਛੇ ਘਰ ਦਾ ਕੋਈ ਮੂੜ ਬਣ ਕੰਮ ਬਣਾ ਲੈਂਦਾ ਵਾ, ਜਾਂ ਕੋਈ ਚੰਗਾ ਦੁਕਾਨਦਾਰ ਉਹ ਵੀ ਬਣਾ ਲੈਂਦਾ, ਪਰ ਖੇਤੀ ਵਾਲਾ ਉੱਥੇ ਦਾ ਉੱਥੇ ਰਹਿ ਜਾਂਦਾ। ਇਸੇ ਕਾਰਨ ਆ ਕਿ ਅਸੀਂ ਇਹ ਖੇਤੀ ਨੂੰ ਛੱਡਣਾ ਹੀ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਮੁਤਾਬਿਕ ਕਿਸਾਨੀ ਤੋਂ ਕਿਸਾਨ ਕਿਉਂ ਦੂਰ ਹੋ ਰਹੇ ਨੇ, ਕਿਉਂ ਇਹ ਕਿੱਤਾ ਛੱਡਿਆ ਜਾ ਰਿਹਾ? ਕਿਸਾਨੀ ਛੱਡਣ ਦਾ ਕਾਰਨ ਇਹ ਆ, ਮੇਰੇ ਵੀਰ ਨੇ ਦੱਸਿਆ ਹੀ ਆ ਵੀ ਘਾਟੇ ਵਾਲਾ ਸੌਦਾ, ਜਿੰਨੀ ਲਾਗਤ ਆਪਾਂ ਲਾਉਂਦੇ ਹਾਂ ਉਨਾ ਪ੍ਰੋਫਿਟ ਨਹੀਂ ਹੋ ਰਿਹਾ, ਕੱਲੇ ਕੋਲੋਂ ਦੇ ਕੇ ਪੈਸੇ ਵੀ ਮਤਲਬ ਜਾਨ ਛੱਡਦੀ ਮਗਰੋਂ, ਵੀ ਇਹ ਕੀ ਝੋਨਾ ਲਾ ਲਈਏ, ਕਣਕ ਲਾ ਲਈਏ ਜਾਂ ਕੋਈ ਸਬਜ਼ੀ ਲਾ ਲਈਏ, ਅਤੇ ਸਬਜ਼ੀ ਤਾਂ ਬਿਲਕੁਲ ਹੀ ਮਤਲਬ ਨਹੀਂ ਖਰਚਾ ਪੂਰਾ ਕਰਦੀ, ਅਤੇ ਕਿੰਨਾ ਕੁ ਕੋਲੋਂ ਖਰਚਾ ਕਰੀ ਜਾਵਾਂਗੇ ਅਸੀਂ। ਅੱਛਾ, ਨੌਜਵਾਨ ਕਿਉਂ ਦੂਰ ਹੋ ਰਹੇ ਨੇ ਕਿਸਾਨੀ ਤੋਂ? ਇਹ ਕਾਰਨ ਆ ਵੀ ਜਦੋਂ ਸਾਡੇ ਲਈ ਪ੍ਰਾਪਤ ਸੌਦਾ ਹੀ ਕੋਈ ਨਹੀਂ ਹੈਗਾ, ਤਾਂ ਕੀ ਕਰਾਂਗੇ, ਕੀ ਛੱਡਾਂਗੇ ਖੇਤੀ ਨੂੰ, ਕੀ ਕਰਾਂਗੇ ਹੋਰ? ਫਿਰ ਸਰਕਾਰ ਤੋਂ ਕੀ ਮੰਗ ਹੈਗੀ ਹੈ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ? ਸਰਕਾਰ ਜੇ ਚਾਹੇ ਤਾਂ ਸਾਰਾ ਕੁਛ ਹੋ ਸਕਦਾ ਵਾ, ਜੇ ਪੰਜਾਬੀ ਮਤਲਬ ਜਿਣਸ ਦਾ ਮੁੱਲ ਜੋ ਪ੍ਰੋਪਰ ਹੈਗਾ ਉਹ ਮਿਲ ਜਾਵੇ ਅਤੇ ਆਪੇ ਵਿਕਾਸ ਹੋ ਸਕਦਾ ਹੈਗਾ। ਸਰ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਮੈਮ ਕੀ ਨਾਮ ਹੈ? ਅੱਛਾ ਮਨਜੀਤ ਜੀ, ਤੁਹਾਡੇ ਮੁਤਾਬਿਕ ਜਿਹੜੇ ਕਿਸਾਨ ਹੈਗੇ ਨੇ ਉਹ ਖੇਤੀਬਾੜੀ ਛੱਡ ਕੇ ਹੋਰ ਧੰਦੇ ਕਿਉਂ ਅਪਣਾ ਰਹੇ ਨੇ? ਜੀ, ਖੇਤੀਬਾੜੀ 'ਚ ਫਾਇਦਾ ਕੋਈ ਨਹੀਂ ਜੀ, ਘਾਟੇ ਹੁੰਦਾ ਸੌਦਾ ਹੋ ਰਿਹਾ ਜੀ, ਖਰਚਾ ਜ਼ਿਆਦਾ ਆ ਰਿਹਾ, ਖੇਤੀ 'ਚ ਆਮਦਨ ਕੋਈ ਹੈ ਨਹੀਂ ਜੀ, ਬੱਚੇ ਇਸੇ ਕਰਕੇ ਕੋਈ ਬਾਹਰ ਜਾ ਰਿਹਾ ਜੀ, ਕੋਈ ਕਿਸ ਤਰ੍ਹਾਂ ਖੇਤੀ ਨਹੀਂ ਕਰਕੇ ਖੁਸ਼ ਕੋਈ। ਅੱਛਾ, ਸਰਕਾਰਾਂ ਤੋਂ ਕੀ ਮੰਗ ਹੈ? ਸਰਕਾਰਾਂ ਦੇ ਦਾਅਵੇ ਹੁੰਦੇ ਨੇ ਕਿ ਹਰ ਪੱਧਰ ਦੇ ਉੱਤੇ ਇਹ ਕਿੱਤਾ ਬਚਾਇਆ ਜਾਵੇਗਾ, ਕਿਸਾਨਾਂ ਨੂੰ ਬਚਾਇਆ ਜਾਵੇਗਾ, ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ, ਤੁਹਾਨੂੰ ਮਿਲਦੀ ਆ ਕੋਈ ਸੁਵਿਧਾ? ਕੋਈ ਸੁਵਿਧਾ ਨਹੀਂ ਮਿਲਦੀ, ਜਦੋਂ ਵੋਟਾਂ ਆਉਂਦੀਆਂ ਉਦੋਂ ਜ਼ਰੂਰ ਆਉਂਦੇ ਆ ਜੀ, ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਕਿਸਾਨਾਂ ਵਾਸਤੇ ਕੋਈ ਕਿਸਾਨੀ ਹੈ ਜਾਂ ਨਹੀਂ ਹੈਗੀ ਜੀ। ਹੁਣ ਇੱਥੇ ਇੰਨਾ ਖਰਾਬਾ ਹੋ ਗਿਆ, ਕੋਈ ਕਿਸਾਨ ਸਰਕਾਰ ਦਾ ਕੋਈ ਬੰਦਾ ਵੀ ਇੱਥੇ ਨਹੀਂ ਆਇਆ ਜੀ, ਕੁਛ ਨਹੀਂ ਕੀਤਾ ਅਜੇ ਤੱਕ ਉਹਨਾਂ ਨੇ। ਅੱਛਾ, ਤੁਸੀਂ ਖੇਤੀ ਕਰਦੇ ਹੋ? ਹਾਂਜੀ, ਮੈਂ ਖੇਤੀ ਕਰਦਾ ਜੀ, 8 ਕਿੱਲੇ ਦੀ ਏਕੜ ਦੀ ਜ਼ਮੀਨ ਆ ਮੇਰੀ ਜੀ, ਅਤੇ ਮੈਂ ਉਹਦੀ ਖੇਤੀ ਕਰ ਰਿਹਾ। ਬਚਦਾ ਬਚਾਉਂਦਾ ਕੀ ਹੈ? ਬਚਦਾ ਨਹੀਂ ਜੀ, ਸਾਡਾ ਦੇਖ ਲਓ ਹਾਲ ਆ, ਤੁਹਾਡੇ ਸਾਹਮਣੇ ਹੈ ਜੀ, ਹੁਣ ਕੋਈ ਸਾਡੇ ਕੋਲ ਪੈਸਾ ਨਹੀਂ ਹੈ ਸਵੇਰੇ ਖਰਚਣ ਨੂੰ, ਸਿਆਲ ਕਿਸ ਤਰ੍ਹਾਂ ਲੰਘਾਉਣਾ ਕੋਈ ਪਤਾ ਨਹੀਂ ਜੀ। ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸਰਵਣ ਸਿੰਘ ਜੀ। ਅੱਛਾ ਸਰਵਣ ਜੀ, ਕਿਸਾਨੀ ਕਰਦੇ ਹੋ? ਹਾਂਜੀ। ਕਿੰਨੇ ਏਕੜ ਦੇ ਵਿੱਚ ਖੇਤੀਬਾੜੀ ਕਰਦੇ? 2 ਏਕੜ ਜੀ। ਅੱਛਾ, ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਕਿ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਕਿਸਾਨੀ ਤੋਂ ਦੂਰ ਹੋ ਰਹੀ ਹੈ? ਕਿਸਾਨ ਖੁਦ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਹ ਕਿੱਤਾ ਕਰ ਰਹੇ ਸਨ ਉਹ ਵੀ ਇਸ ਤੋਂ ਦੂਰ ਹੋ ਰਹੇ ਨੇ, ਕਾਰਨ ਕੀ ਮੰਨਦੇ ਹੋ? ਕਾਰਨ ਸਹੀ ਮੁੱਲ ਨਹੀਂ ਮਿਲਦਾ, ਗੌਰਮੈਂਟ ਭਾਅ ਨਹੀਂ ਦੇ ਰਹੀ, ਅਤੇ ਇਹ 'ਚ ਬਚਦਾ ਕੁਛ ਨਹੀਂ, ਅਤੇ ਇਸ ਤੋਂ
ਅਤੇ ਕੋਈ ਹੋਰ ਆਪਦਾ ਕੰਮ ਕਰਦੇ, ਚਾਹੇ ਕੋਈ ਬਾਹਰ ਜਾਂਦਾ ਆਪਦਾ ਕੰਮ ਚਲਾਉਂਦਾ। ਕੀ ਮੰਗ ਕਰਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਕਦਮ ਚੁੱਕਣ ਦੀ ਜ਼ਰੂਰਤ ਹੈ ਇਹ ਕਿੱਤੇ ਨੂੰ ਬਚਾਉਣ ਦੇ ਲਈ, ਕਿਉਂਕਿ ਪੰਜਾਬ ਦਾ ਮੁੱਢ ਕਿਸਾਨੀ ਦੇ ਨਾਲ ਬੰਨਿਆ ਗਿਆ ਹੈ, ਪੰਜਾਬ ਦੇ ਵਧੇਰੇ ਲੋਕ ਕਿਸਾਨੀ ਕਰਦੇ ਸਨ ਅਤੇ ਅੱਜ ਉਹੀ ਲੋਕ ਜਿਹੜੇ ਇਹ ਛੱਡ ਰਹੇ ਨੇ। ਕਿਸਾਨਾਂ ਨੂੰ ਪੂਰਾ ਮੁੱਲ ਮਿਲੇ, ਸਹੀ ਰੇਟ 'ਤੇ ਸਬਜ਼ੀ ਚੁੱਕ ਸਬਜ਼ੀ ਦਾ ਭਾਅ ਮਿਲੇ, ਸਹੀ ਰੇਟ 'ਤੇ ਝੋਨੇ ਦਾ ਭਾਅ ਮਿਲੇ ਅਤੇ ਫਿਰ ਗੁਜ਼ਾਰਾ ਹੁੰਦਾ ਨਹੀਂ, ਉਹ ਗੌਰਮੈਂਟ ਕਰ ਨਹੀਂ ਰਹੀ। ਹੁਣ ਦਿੰਦੀ ਹੈ ਤੁਹਾਨੂੰ ਸਰਕਾਰ ਕੋਈ ਸੁਵਿਧਾ, ਤੁਹਾਡੀਆਂ ਜਿਹੜੀਆਂ ਫਸਲਾਂ ਹੈਗੀਆਂ ਨੇ ਉਹਨਾਂ ਦੇ ਮੁੱਲ ਮਿਲਦੇ ਨੇ ਵਾਜਬ? ਕੁਛ ਨਹੀਂ ਮਿਲਦਾ ਜੀ ਸਾਨੂੰ, ਕੁਛ ਨਹੀਂ ਮਿਲਦਾ। ਫਿਰ ਕੀ ਮੰਗ ਹੈਗੀ ਸਰਕਾਰ? ਮੰਗ ਇਹੀ ਆ ਵੀ ਦੂਜਾ ਸਹੀ ਭਾਅ ਦੇਣ ਅਤੇ ਸਹੀ ਦੂਜਾ ਰੇਟ ਮਿਲੇ ਅਤੇ ਆਪੇ ਜਨਤਾ ਕਿਸਾਨੀ ਵਿੱਚ ਹੋ ਜਾਏ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਇਹਨਾਂ ਦਾ ਕਹਿਣਾ ਕਿ ਆਖਿਰ ਕਿਸਾਨੀ ਛੱਡਣ ਦਾ ਇਹ ਕਾਰਨ ਹੈ ਕਿ ਨਾ ਤਾਂ ਸਰਕਾਰਾਂ ਪੁੱਛ ਰਹੀਆਂ ਨੇ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਦਾਅਵੇ ਚੋਣਾਂ ਵੇਲੇ ਕੀਤੇ ਜਾਂਦੇ ਨੇ ਉਹਨਾਂ ਦਾਅਵਿਆਂ ਨੂੰ ਹਕੀਕਤ ਦੇ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਜਾਂਦਾ, ਜਿਸ ਦੀ ਵਜ੍ਹਾ ਦੇ ਨਾਲ ਅੱਜ ਕਿਸਾਨ ਕਿਸਾਨੀ ਛੱਡਣ ਨੂੰ ਮਜਬੂਰ ਨੇ, ਨੌਜਵਾਨ ਵੀ ਇਸ ਦੇ ਵੱਲ ਰੁੱਖ ਨਹੀਂ ਕਰ ਰਹੇ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਿਸਾਨੀ ਕਿਸਾਨ ਕਿਉਂ ਛੱਡ ਰਹੇ ਨੇ, ਨੌਜਵਾਨ ਇਸ ਕਿੱਤੇ ਤੋਂ ਕਿਉਂ ਪਰੇ ਜਾ ਰਹੇ ਨੇ। ਆਖਿਰ ਵੱਡਾ ਕਿੱਤਾ ਮੰਨਿਆ ਜਾਂਦਾ ਸੀ, ਮੁੱਖ ਕਿੱਤਾ ਹੁੰਦਾ ਸੀ ਪੰਜਾਬ ਦਾ ਕਿਸਾਨੀ। ਪੰਜਾਬ ਦਾ ਜਦੋਂ ਨਾਮ ਆਉਂਦਾ ਤਾਂ ਖੇਤਾਂ ਦੀ ਝਲਕ ਆਉਂਦੀ ਹੈ ਦਿਮਾਗ ਦੇ ਵਿੱਚ, ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਹਲ ਵਾਹੁਣ ਦੀਆਂ ਤਸਵੀਰਾਂ ਮੱਲੋ ਮੱਲੀ ਦਿਮਾਗ ਦੇ ਵਿੱਚ ਜਿਹੜੀਆਂ ਉਹ ਛੱਪ ਜਾਂਦੀਆਂ ਨੇ, ਤਸਵੀਰਾਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਨੇ, ਪਰ ਅੱਜ ਇਹ ਤਸਵੀਰਾਂ ਧੁੰਦਲੀਆਂ ਕਿਉਂ ਹੋ ਰਹੀਆਂ ਨੇ, ਲੋਕ ਕਿਸਾਨੀ ਕਿਉਂ ਛੱਡ ਰਹੇ ਨੇ, ਨੌਜਵਾਨ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਕਿਸਾਨੀ ਕਰ ਰਹੇ ਨੇ ਜਾਂ ਫਿਰ ਇਹ ਵੀ ਛੱਡ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਹਰਪ੍ਰੀਤ ਸਿੰਘ। ਅੱਛਾ ਹਰਪ੍ਰੀਤ, ਕਿਸਾਨੀ ਕਰਦੇ ਹੋ? ਹਾਂਜੀ ਕਰਦੇ ਹਾਂ ਜੀ। ਕਿੰਨੇ ਏਕੜ ਦੇ ਵਿੱਚ ਖੇਤੀਬਾੜੀ ਕਰਦੇ? 5-6 ਏਕੜ ਹੈਗੇ ਜੀ। ਸ਼ੌਂਕ ਦੇ ਨਾਲ ਕਰਦੇ ਹੋ? ਨਹੀਂ ਸ਼ੌਂਕ ਨਾਲ ਹੀ ਹੈ, ਤਾਂ ਮਜਬੂਰੀ ਨਾਲ ਆ, ਕਿਉਂਕਿ ਹੋਰ ਕੋਈ ਕਿੱਤਾ ਵੀ ਨਹੀਂ ਹੈਗਾ, ਨਾ ਤਾਂ ਸਾਨੂੰ ਕੋਈ ਹਾਂ ਬਈ ਕੋਈ ਕਿੱਤਾ ਜੋਬ ਵਗੈਰਾ ਮਿਲ ਜਾਵੇ। ਮੈਂ ਗ੍ਰੈਜੂਏਸ਼ਨ ਕੀਤੀ ਆ, ਅੱਗੇ ਹੁਣ ਸਟੱਡੀ ਕਰ ਰਿਹਾ, ਅਤੇ ਇਹਦੇ ਲਈ ਇੰਨੀ ਸਟੱਡੀ ਕਰਨ ਦੇ ਬਾਵਜੂਦ ਹੀ ਹਾਰ ਕੇ ਸਾਨੂੰ ਬਾਹਰਲਾ ਵੀਜ਼ਾ ਲਵਾਉਣਾ ਪੈਂਦਾ, ਉਹ ਵੀ ਆਪਦੀ ਜ਼ਮੀਨ ਵੇਚ ਕੇ, ਨਾ ਇੰਨਾ ਤਾਂ ਹੁਣ ਬਚਦਾ ਵੀ ਨਹੀਂ ਜਿੰਨਾ ਅਸੀਂ ਹਾਂ ਬਈ ਆਪਦੇ ਪੈਸੇ ਲਾ ਕੇ ਜਾ ਸਕੀਏ ਬਾਹਰ। ਇਹ ਤਾਂ ਮੁੱਖ ਕਾਰਨ ਆ ਸਰਕਾਰ, ਹੁਣ ਸਰਕਾਰ ਨੇ ਅੱਗ ਲਾਉਣ 'ਤੇ ਬੈਨ ਕੀਤਾ ਹੈ, 1.5 ਲੱਖ ਦਾ ਕਹਿੰਦੇ ਹੈਪੀ ਸ਼ੀਡਰ ਲੈ ਆਓ, ਹੁਣ ਜਿਸ ਦੀ 5-6 ਏਕੜ ਜ਼ਮੀਨ ਹੋਏ ਉਹ 1.5 ਲੱਖ ਰੁਪਇਆ ਹੈਪੀ ਸ਼ੀਡਰ ਲੈ ਆਵੇ, ਉਹ ਕਿੱਥੇ ਜਾਊਗਾ? ਉਹਨੇ ਤਾਂ ਉਹਨੂੰ ਫਸਲ ਨੂੰ ਬਚਦਾ ਵੀ ਨਹੀਂ, ਹੁਣ ਉੱਤਰ 1.5 ਲਾ ਕੇ ਪੈਸੇ ਉਹਨੂੰ ਪਰਾਲੀ ਨੂੰ ਕੁੱਤਰਨਾ, ਘੱਟੋ ਘੱਟ 10-12 ਹਜ਼ਾਰ ਰੁਪਏ ਦਾ ਖਰਚਾ, ਫਾਲਤੂ ਖਰਚਾ ਜੋ ਆਉਂਦਾ ਹੈ। ਅਤੇ ਦਿੱਲੀ ਸਰਕਾਰ ਉੱਥੇ ਗੌਰਮੈਂਟ ਕਹਿ ਦਿੰਦੀ ਹਾਂ ਬਈ ਉੱਥੇ ਸਾਡੇ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਅਤੇ ਇੱਥੋਂ ਪਰਾਲੀ ਨੂੰ ਇੱਥੋਂ ਬੈਨ ਕਰ ਦਿਉ, ਅਤੇ ਹੁਣ ਜੇ ਪ੍ਰਦੂਸ਼ਣ ਜ਼ਿਆਦਾ ਤਾਂ ਫੈਕਟਰੀ ਕਾਹਤੋਂ ਨਹੀਂ ਬੰਦ ਕਰਦੇ, ਪਟਾਕੇ ਚਲਾਉਂਦੇ ਆ, ਦੁਸਹਿਰਾ ਮਨਾਉਂਦੇ ਆ, ਕਾਹਤੋਂ ਪ੍ਰਦੂਸ਼ਣ ਨਹੀਂ ਹੁੰਦਾ ਉਸ ਨਾਲ? ਅਤੇ ਉਹ ਜੇ ਗੱਲ ਜਿਹੜੇ ਸਰਕਾਰ ਹੋਣ ਖੇਤੀਬਾੜੀ ਲੋਕ ਮਜਬੂਰੀ ਬਣ ਗਈ, ਇੱਕ ਅੱਗੇ ਲੋਕ ਕਰਦੇ ਸ਼ੌਂਕ ਨਾਲ, ਹਾਂ ਬਈ ਪੇਸ਼ਾ ਹੀ ਸ਼ੌਂਕ ਹੀ, ਲੋਕ ਸੰਦ ਬੰਦ ਬਣਾਉਂਦੇ ਹੀ ਆਪਦੇ, ਹਾਂ ਵੀ ਬਚਦੇ ਹੀ, ਅਤੇ ਹੁਣ ਲੋਕਾਂ ਨੂੰ ਇੰਨਾ ਵੀ ਨਹੀਂ ਬਚਣ ਦੇ, ਹਾਂ ਬਈ ਉਹਨਾਂ ਜਿਹੜਾ ਸੰਦਾ ਬੰਦਾ ਦੀ ਸਰਵਿਸ ਹੋ ਸਕੇ, ਉਹ ਜਿਹੜਾ ਆਉਂਦਾ ਹੈ ਉਹ ਕੋਈ ਜੇ ਤਾਂ ਬੈਂਕ ਦਾ ਕਰਜ਼ਾ ਕਿਸੇ ਨੇ ਚੱਕਿਆ ਉਹ ਕਰਜ਼ਾ ਵਾਲੇ ਤਾਂ ਕਰਦੇ ਆ, ਜੇ ਜ਼ਮੀਨ 'ਤੇ ਚੱਕ ਲਓ ਤਾਂ ਵੀ ਤਾਂ ਕਰਦੇ ਆ, ਉਹ ਨਾ ਤਾਂ ਕੋਈ ਕੋਈ ਹੈਗਾ, ਹਾਂ ਵੀ ਸਰਕਾਰ ਕੋਈ ਦਿੰਦੀ, ਹੁਣ ਮੁਆਵਜ਼ਾ ਹੀ ਆ, ਹੁਣ ਸਰਕਾਰ ਨੂੰ ਮੁਆਵਜ਼ਾ ਹੋਣਾ ਚਾਹੀਦਾ ਸੀ, ਅਤੇ ਸਰਕਾਰ ਨੇ ਮੁਆਵਜ਼ਾ ਦੇਣਾ 1-2 ਸਾਲ ਬਾਅਦ, ਪਹਿਲਾਂ ਮੁਆਵਜ਼ਾ ਦਿੱਤਾ ਕਿਸੇ ਨੂੰ 103 ਰੁਪਏ, ਕਿਸੇ ਨੂੰ 104, ਹੁਣ ਪਹਿਲਾਂ 12 ਹਜ਼ਾਰ ਰੁਪਏ ਮੁਆਵਜ਼ਾ ਕਹਿੰਦੇ ਸੀ, ਹੁਣ ਕਹਿੰਦੇ 6 ਹਜ਼ਾਰ ਮੁਆਵਜ਼ਾ ਦੇਣਾ, ਹੁਣ 6 ਹਜ਼ਾਰ ਮੁਆਵਜ਼ੇ ਨਾਲ ਜਿੱਥੇ ਇੰਨਾ ਕੀਤਾ ਉਹਨੂੰ 6 ਹਜ਼ਾਰ ਮੁਆਵਜ਼ੇ ਨਾਲ ਉੱਥੇ ਕੀ ਬਣੂ? ਅੱਛਾ, ਤੁਹਾਡੇ ਕਾਰਨ ਨੌਜਵਾਨ ਖਾਸ ਕਰਕੇ ਇਸ ਕਿੱਤੇ ਦੇ ਵਿੱਚ ਅੱਗੇ ਕਿਉਂ ਨਹੀਂ ਆ ਰਹੇ? ਹੋਰ ਕਿੱਤੇ ਤਾਂ ਅਪਣਾ ਰਹੇ ਨੇ ਪਰ ਕਿਸਾਨੀ ਕਿਉਂ ਨਹੀਂ ਅਪਣਾ ਰਹੇ? ਨੌਜਵਾਨਾਂ ਦਾ ਰੁਝੇਵਾਂ ਕਿਉਂ ਘੱਟ ਰਿਹਾ ਹੈ? ਜਿਹੜੇ ਕਿਸਾਨ ਪਹਿਲਾਂ ਵੀ ਖੇਤੀ ਕਰ ਰਹੇ ਨੇ ਉਹ ਵੀ ਛੱਡੀ ਜਾ ਰਹੇ ਨੇ? ਇਸ ਦਾ ਛੱਡਣ ਦਾ ਇਹ ਘਾਟੇ ਦਾ ਸੌਦਾ, ਪਹਿਲਾਂ ਵੀ ਬਜ਼ੁਰਗਾਂ ਨੇ ਜਿੱਦਾਂ ਕਿਹਾ ਬਈ ਇਹ ਸੌਦਾ ਘਾਟੇ ਦਾ, ਕਿਉਂਕਿ ਅਜੇ ਕੋਈ ਬਚਦਾ ਬਚਾਉਂਦਾ ਨਹੀਂ ਹੈਗਾ, ਜੇ ਆਪਾਂ ਬਾਹਰ ਲਾ ਕੇ 7-8 ਲੱਖ ਰੁਪਇਆ ਲਾ ਕੇ ਕੋਈ ਛੋਟੇ ਮੋਟੇ ਦੇਸ਼ 'ਚ ਜਾਂਦੇ, ਉੱਥੇ 1-1.5 ਲੱਖ ਰੁਪਇਆ ਲੋਕ ਆਰਾਮ ਕਮਾਉਂਦੇ ਆ, ਇੱਥੋਂ ਉਹ ਕਹਿੰਦੇ ਜੇ ਕੋਈ ਬਚਣਾ ਹੀ ਨਹੀਂ ਤਾਂ ਚੰਗਾ ਬਾਹਰ ਜਾ, ਸਾਡੇ ਪਰਿਵਾਰ ਤਾਂ ਸੁਖੀ ਵਸਣਾ, ਆਪ ਤਾਂ ਚਲੋ ਜਿੱਦਾਂ ਜ਼ਿੰਦਗੀ ਕੱਟ ਲਈ ਅਗਰ ਪਰਿਵਾਰ ਤਾਂ ਸੁਖੀ ਰਹਿਣ, ਇਸ ਕਰਕੇ ਉਹ ਸਾਰੇ ਜਿਹੜੇ ਬਾਹਰ ਵੱਲ ਨੂੰ ਰੁਝਾਨ ਜ਼ਿਆਦਾ ਕਰਦੇ ਆ, ਇਸ ਦਾ ਮੁੱਖ ਕਿੱਤਾ ਇਹੀ ਆ। ਅੱਛਾ, ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਇਹ ਚਾਹੀਦਾ ਹਾਂ ਜੀ ਫਸਲ ਦਾ ਪੂਰਾ ਰੇਟ ਦੇਣ, ਹੁਣ 1830 ਰੁਪਏ ਝੋਨੇ ਦਾ ਰੇਟ ਆ ਅਤੇ 1400 ਦੀ DAP, ਝੋਨੇ ਦਾ ਹੁਣ ਫਸਲ ਕੁਇੰਟਲ 50 ਕਿਲੋ, DAP ਦਾ ਜ਼ਿਆਦਾ ਰੇਟ ਆ ਜਿਹੜੀ ਹੈਗੀ ਸਾਰੇ 50 ਕਿਲੋ ਦੀ ਬੋਰੀ, ਇਸ ਕਰਕੇ ਸਰਕਾਰ ਤੋਂ ਚਾਹੀਦਾ ਰੇਟ ਪੂਰਾ ਦੇਣ। ਕੁਝ ਹੋਰ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਆਖਿਰ ਕਿਸਾਨੀ ਛੱਡਣ ਦੇ ਕੀ ਕਾਰਨ ਨੇ, ਕਿਸਾਨ ਨੇ ਕਿਸਾਨੀ ਦੇ ਜਿਹੜੇ ਆਪਣੇ ਮੁੱਖ ਕਿੱਤੇ ਤੋਂ ਹੀ ਆਖਿਰ ਕਿਉਂ ਮੂੰਹ ਮੋੜ ਲਿਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਸਾਹਿਲ ਪ੍ਰੀਤ। ਅੱਛਾ ਸਾਹਿਲ,
ਤੁਹਾਡੇ ਮੁਤਾਬਿਕ ਜਿਹੜੇ ਨੌਜਵਾਨ ਹੈਗੇ ਨੇ ਕਿਸਾਨੀ ਕਿਉਂ ਛੱਡ ਰਹੇ ਨੇ? ਕਿਉਂਕਿ ਕਿਸਾਨ 'ਚ ਕੋਈ ਵਾਜਦਾ ਨਹੀਂ, ਪੈਲੀਆਂ 'ਚ ਕੋਈ ਵਾਜਦਾ ਨਹੀਂ। ਲੋਕ ਕਹਿੰਦੇ ਆ ਬਾਹਰ ਜਾਈਏ, ਬਸ ਆਪਦਾ ਸੈਟਲਮੈਂਟ ਕਰੀਏ ਪੂਰੀ ਇੱਥੇ, ਕਿਉਂਕਿ ਨਾ ਕੋਈ ਇੱਥੇ ਨੌਕਰੀ ਮਿਲਦੀ ਹੈ, ਜੇ ਪੜ੍ਹਾਈ ਕਰੀਏ ਨਾ ਕੋਈ ਨੌਕਰੀ ਮਿਲਣੀ, ਬਸ ਜੇ ਸੋਚਦੇ ਜਾਵਾਂਗੇ ਜਿਹੜੇ ਗਰੀਬ ਲੋਕ ਸੋਚਦੇ ਨਾ ਉੱਥੇ ਕੋਈ ਵਾਜਦਾ। ਲੋਕ ਚਾਹੁੰਦੇ ਬਾ ਵੱਡੇ ਦੇਸ਼ਾਂ ਨੂੰ ਨਿਕਲੀਏ ਅਤੇ ਉੱਥੇ ਆਪਦਾ ਪਰਿਵਾਰ ਰੱਖੀਏ ਅਤੇ ਕਮਾਈਆਂ ਕਰੀਏ, ਉੱਥੇ ਬਸ ਰਹੀਏ। ਕਿਸਾਨੀ ਹੁਣ ਲਾਹੇਵੰਦ ਕੀਤਾ ਨਹੀਂ ਰਿਹਾ? ਨਹੀਂ ਜੀ, ਕਿਉਂਕਿ ਖਰਚੇ ਬਹੁਤ ਹੋ ਗਏ ਜੀ, ਨਵੀਆਂ ਤੋਂ ਨਵੀਆਂ ਮਸ਼ੀਨਾਂ ਆਈ ਜਾਂਦੀਆਂ ਜੀ, ਹੁਣ ਕਹਿੰਦੇ ਅੱਗ ਨਹੀਂ ਲਾਉਣੀ ਪਰਾਲੀ ਨੂੰ, ਅਤੇ ਹੈਪੀ ਸੀਜਰ ਆ ਗਈ ਅਤੇ ਹੋਰ ਜਿਹੜੀਆਂ ਨਵੀਆਂ ਮਸ਼ੀਨਾਂ ਆਉਂਦੀਆਂ, ਹੁਣ ਨਿੱਕਾ ਕਿਸਾਨ ਇਹਨੂੰ ਲਿਆਦ ਨਹੀਂ ਸਕਦਾ ਨਾ ਜੀ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਸੁਦਾਗਰ ਸਿੰਘ ਜੀ। ਅੱਛਾ ਸੁਦਾਗਰ ਜੀ, ਕਿਸਾਨੀ ਕਰਦੇ ਹੋ, ਖੇਤੀਬਾੜੀ ਕਰਦੇ? ਕਰਦੇ ਜੀ, 40-45 ਖੇਤੀ ਕਰਦੇ ਜੀ। ਯਾਰ ਕਿ ਹੜ੍ਹ ਕਾਰਨ ਸਾਡਾ ਕੋਈ ਵੀ ਦਾਣਾ ਨਹੀਂ ਬਚਿਆ, ਸਾਰਾ ਹੀ ਮਰ ਗਿਆ। ਸਾਡੇ ਸਰਕਾਰ ਨੇ ਕੁਛ ਵੀ ਨਹੀਂ ਸੋਚਿਆ, ਇੱਕ ਵਾਰੀ ਆ ਕੇ ਪਤਾ ਵੀ ਨਹੀਂ ਰਿਹਾ ਵੀ ਤੁਸੀਂ ਹੈਗੇ ਕਿ ਨਹੀਂ ਹੈਗੇ ਜੀ। ਅੱਛਾ, ਦੂਜਾ ਸਵਾਲ ਇਹ ਹੈਗਾ ਕਿ ਤੁਹਾਡੇ ਮੁਤਾਬਿਕ ਜਿਹੜੇ ਕਿਸਾਨ ਹੈਗੇ ਨੇ ਉਹ ਕਿਸਾਨੀ ਤੋਂ ਪਰੇ ਕਿਉਂ ਹੋ ਜਾ ਰਹੇ ਨੇ, ਇਸ ਇਹ ਕਿੱਤੇ ਨੂੰ ਅਪਣਾਉਣ ਦੀ ਬਜਾਏ ਹੋਰ ਕਿੱਤਿਆਂ ਵੱਲ ਰੁਝਾਨ ਰੱਖ ਰਹੇ ਨੇ? ਨਾ ਤਾਂ ਨੌਜਵਾਨ ਅੱਗੇ ਆ ਰਹੇ ਨੇ, ਨਾ ਜਿਹੜੇ ਨੌਜਵਾਨਾਂ ਦੇ ਮਾਂ ਪਿਓ ਨੇ ਪਹਿਲਾਂ ਤੋਂ ਕਿਸਾਨੀ ਕਰਦੇ ਆ ਰਹੇ ਨੇ, ਉਹ ਵੀ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸਾਨੀ ਦੇ ਕਿੱਤੇ ਦੇ ਵਿੱਚ ਲਾਉਣਾ ਪਸੰਦ ਨਹੀਂ ਕਰ ਰਹੇ। ਸਰ ਜੀ ਦੇਖੋ ਜੀ, ਕਿਸਾਨੀ ਦੇ ਵਿੱਚ ਕੁਛ ਨਹੀਂ ਬਚ ਰਿਹਾ। ਜੋ ਬੱਚੇ ਆ, ਮੇਰਾ ਇੱਕ ਬੱਚਾ ਉਹ ਵੀ ਕਹਿ ਰਿਹਾ ਜੀ ਮੈਂ ਬਾਹਰ ਜਾਣਾ, ਡੈਡੀ ਬਾਹਰ ਜਾਣਾ, ਸਾਨੂੰ ਖੇਤੀ 'ਚ ਤੁਹਾਨੂੰ ਨਹੀਂ ਕੁਛ ਬਚਦਾ, ਸਾਨੂੰ ਕੀ ਬਚੂਗਾ? ਆਉਣ ਵਾਲੇ ਸਮੇਂ 'ਚ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ, ਫਸਲ ਦਾ ਕੋਈ ਭਾਅ ਗੌਰਮੈਂਟ ਨਹੀਂ ਸਾਨੂੰ ਦੇ ਰਹੀ, ਇਸ ਕਰਕੇ ਸਾਰੀ ਚੀਜ਼ ਘਾਟਾ, 50-40 ਹਜ਼ਾਰ ਨੂੰ ਠੇਕੇ 'ਤੇ ਪੈ ਰਹੀ ਆ, ਇੰਨੇ ਦਾ ਝੋਨਾ ਨਹੀਂ ਹੋ ਰਿਹਾ, ਰੇਟ ਨਹੀਂ ਮਿਲ ਰਿਹਾ, DAP ਦਾ ਰੇਟ ਵੱਧ ਗਿਆ, ਦਵਾਈਆਂ ਦਾ ਰੇਟ ਵੱਧ ਗਿਆ, ਡੀਜ਼ਲ ਵੱਧ ਗਿਆ ਜੀ, ਔਰ ਫਸਲ ਦਾ ਭਾਅ ਸਾਡਾ ਉੱਥੇ ਆ, ਤਾਂ ਕਿ ਖਰਚਾ ਸਾਨੂੰ ਪੱਲੋਂ ਪੈ ਗਿਆ ਜੀ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਸਰਕਾਰ ਇਸ ਪ੍ਰਤੀ ਰੁਝਾਨ ਕਿਉਂ ਨਹੀਂ ਦਿਖਾ ਰਹੀ, ਕਿਸਾਨਾਂ ਦੀ ਬਾਂਹ ਕਿਉਂ ਨਹੀਂ ਫੜ ਰਹੀ? ਕੋਈ ਨਹੀਂ ਫੜ ਰਹੀ ਜੀ, ਪਤਾ ਨਹੀਂ ਸਰਕਾਰ ਬਾਰੇ ਕੀ ਆ, ਵੋਟਾਂ ਬਾਰੇ, ਉਹ ਵੀ ਆ ਗਏ, ਆ ਵੀ ਆ ਗਏ, ਕਿਸੇ ਨੇ ਅੱਜ ਤੱਕ ਆਪਣੀ ਕੋਈ ਬਾਤ ਨਹੀਂ ਪੁੱਛੀ ਜੀ ਕਿਸੇ ਕਿਸਮ ਦੀ। ਹਾਂਜੀ, ਕੋਈ ਵੀ ਖਰਚਾ ਨਹੀਂ ਸਾਨੂੰ ਦਿੱਤਾ, ਕੋਈ ਅਨਾਜ ਨਹੀਂ, ਕੋਈ DAP ਨਹੀਂ, ਕੁਛ ਨਹੀਂ ਮਿਲਿਆ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਨਿਰਮਲ ਸਿੰਘ। ਅੱਛਾ ਨਿਰਮਲ ਜੀ, ਕਿਸਾਨੀ ਕਰ ਰਹੇ ਹੋਵੋਗੇ ਪਿਛਲੀ ਕਾਫੀ ਲੰਬੇ ਸਮੇਂ ਤੋਂ, ਕੀ ਲੱਗ ਰਿਹਾ ਕਿ ਅੱਜ ਜਿਹੜਾ ਇਹ ਮੁੱਖ ਕਿੱਤਾ ਹੈਗਾ ਸੀ ਪੰਜਾਬ ਦਾ, ਇਸ ਤੋਂ ਮੂੰਹ ਕਿਉਂ ਮੋੜਿਆ ਜਾ ਰਿਹਾ? ਮੋੜਨਾ ਕਿ ਸਰਕਾਰ ਭਾਰ ਨਹੀਂ ਦੇ ਰਹੀ ਕਿਸੇ ਚੀਜ਼ ਦਾ, ਨਾ ਕੋਈ ਬਾਂਹ ਫੜ ਰਹੀ ਆ, ਅਤੇ ਇਸ ਗੱਲੇ ਉਹ ਲੋਕ ਅੱਕ ਗਏ ਬਈ ਇਹਨੂੰ ਹੋਰ ਕੋਈ ਕਿੱਤਾ ਕਰ ਲਈ, ਇਹ ਘਾਟੇ ਬਣਦਾ ਸੌਦਾ ਅਤੇ ਇਹ ਤੋਂ ਛੱਡਦੇ। ਅੱਛਾ, ਜਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦਾ ਦੌਰ ਹੈਗਾ, ਜਿਹੜੀਆਂ ਫਸਲਾਂ ਤੁਸੀਂ ਉਗਾਉਂਦੇ ਆ ਉਹਨਾਂ ਦਾ ਜਿਹੜਾ ਮੁੱਲ ਹੈਗਾ ਉਹ ਮੁੜਦਾ, ਵਾਜਬ ਮੁੱਲ ਮਿਲਦਾ? ਨਾ ਜੀ, ਮੁੱਲ ਮਿਲਦਾ ਹੋਵੇ ਤਾਂ ਫਿਰ ਇੱਦਾਂ ਕਿਉਂ ਬਈ, ਮੁੱਲ ਨਹੀਂ ਮਿਲਦਾ ਕੁਛ। ਜੇ ਸਬਜ਼ੀ ਲਾ ਲਓ, ਭਾਵੇਂ ਕੁਛ ਵੀ ਕਰ ਲਓ, ਕੁਛ ਨਹੀਂ ਰੇਟ ਦਿੰਦੇ। ਅੱਛਾ, ਕਿਸਾਨਾਂ ਦੇ ਲਈ ਸਰਕਾਰ ਨੂੰ ਕਿਸ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਵਿਕਸਿਤ ਕੀਤਾ ਜਾ ਸਕੇ? ਸਰਕਾਰ ਚੁੱਕਦੀ ਨਹੀਂ ਨਾ, ਸਰਕਾਰ ਘਾਟੇ ਵਾਲਾ ਆਪ ਕਰਦੀ ਆ, ਰੇਟ ਘਟਾ ਦਿੰਦੀ ਆ ਵੀ ਇਹ ਜ਼ਿਮੀਂਦਾਰ ਉੱਠੇ ਨਾ। ਅੱਛਾ, ਸਰਕਾਰ ਦੇ ਲਈ ਕੀ ਕਿਸ ਤਰ੍ਹਾਂ ਦਾ ਜਿਹੜੀ ਮੰਗ ਰੱਖਦੇ ਹੋ ਸਰਕਾਰ ਦੇ ਕੋਲ ਕਿ ਇਸ ਕਿੱਤੇ ਨੂੰ ਵਿਕਸਿਤ ਕੀਤਾ ਜਾ ਸਕੇ? ਸਰਕਾਰ ਕੋਲ ਮੰਗ ਕਿ ਰੱਖਾਂਗੇ, ਦਿੰਦੇ ਹੀ ਨਹੀਂ ਕੁਛ, ਤਾਂ ਰੱਖੀਏ ਕੀ ਮੰਗ ਉਹਦਾ ਦੱਸ? ਤੁਹਾਡੀ ਕੋਈ ਮਜਬੂਰੀ, ਕੋਈ ਦਿੱਕਤ? ਕੋਈ ਸਮਝਦੇ ਹੀ ਨਹੀਂ ਮਜਬੂਰੀ, ਕੋਈ ਸੁਣਦਾ ਹੀ ਨਹੀਂ, ਭਾਵੇਂ ਕੋਈ MLA ਆਇਆ, ਭਾਵੇਂ ਕੋਈ ਆਇਆ, ਮੁੜ ਕੇ ਵੋਟਾਂ ਦੇ ਵੇਲੇ ਸਾਰੇ ਆ ਜਾਂਦੇ ਆ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਅੱਜ ਰੋਸ ਦੇ ਵਿੱਚ ਨੇ। ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਕੰਮ ਕਰਦੇ ਹਾਂ, ਪਰ ਇਹਨਾਂ ਦਿੱਕਤਾਂ ਦੇ ਬਾਵਜੂਦ ਅੱਜ ਕਿਸਾਨਾਂ ਦੀ ਮੰਗ ਹੈਗੀ ਹੈ ਕਿ ਸਰਕਾਰ ਉਹਨਾਂ ਦੀ ਬਾਂਹ ਫੜੇ, ਪਰ ਬਾਵਜੂਦ ਇਸਦੇ ਜਦੋਂ ਸਰਕਾਰ ਬਾਂਹ ਨਹੀਂ ਫੜਦੀ ਤਾਂ ਕਿਸਾਨ ਇਹ ਕਿੱਤਾ ਹੀ ਛੱਡਣ ਨੂੰ ਮਜਬੂਰ ਨੇ, ਕਿਸੇ ਹੋਰ ਕਿੱਤੇ ਵੱਲ ਜਾ ਰਹੇ ਨੇ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਲੋਕ ਜਿਹੜੇ ਹੈਗੇ ਨੇ ਉਹ ਕਿਸਾਨੀ ਕਿਉਂ ਛੱਡ ਰਹੇ ਨੇ, ਕਿ ਕਿਸਾਨੀ ਲਾਹੇਵੰਦ ਧੰਦਾ ਨਹੀਂ ਰਿਹਾ। ਕੁਝ ਕਿਸਾਨ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮੁਖਤਿਆਰ ਸਿੰਘ ਜੀ। ਅੱਛਾ ਮੁਖਤਿਆਰ ਜੀ, ਅੱਜ ਲੋਕ ਕਿਸਾਨੀ ਕਿਉਂ ਛੱਡ ਰਹੇ ਨੇ, ਇਹ ਧੰਦੇ ਤੋਂ ਪਰੇ ਕਿਉਂ ਹੋ ਰਹੇ ਨੇ? ਇਹ ਹੋ ਰਹੇ ਜੀ, ਪਾਣੀ ਮਾਰ ਹੜ੍ਹ ਦੇ ਬਾਰ ਸਾਲ ਹੈਗੇ ਆ, ਇੱਕ ਸਾਲੇ ਵਿੱਦਿਆ ਦੀ ਕਾਰਡ ਆ ਸਕੂਲ ਹੈ ਜੀ, ਜੇ ਸਕੂਲ ਲਿਖਾਏ ਆ ਅਤੇ ਬੱਚੇ ਥੋੜ੍ਹੇ ਪੜ੍ਹੇ ਆ, ਅਤੇ ਪੜ੍ਹ ਕੇ ਬੱਚੇ ਅਤੇ ਖੇਤੀ ਵੱਲ ਨਹੀਂ ਜਾ ਦੇਖੋ, ਹਰ ਇੱਕ ਬੱਚਾ ਕਹਿੰਦਾ ਵਿਦੇਸ਼ ਹੀ ਜਾਣਾ, ਪਹਿਲੀ ਵਿਕ ਜਾਏ ਅਤੇ ਵਿਦੇਸ਼ ਵੀ ਜਾ ਕੇ
ਕਈ ਇਹ ਤਾਂ ਕੰਮ ਮਹਿਸੂਸ ਹੁੰਦਾ, ਕਈ ਵਿਦੇਸ਼ ਵੀ ਬਹਿ ਕੇ ਭੁੱਖੇ ਫਿਰਦੇ ਆ, ਵਿਦੇਸ਼ਾਂ 'ਚ ਕਿਹੜੇ ਰੁੱਖਾਂ ਦਾ ਪੈ ਲੱਗੇ ਤੋੜ ਲੈਣੇ ਆ। ਅਤੇ ਹੁਣ ਪਾਣੀ ਸਾਡੇ 88-85 ਤੋਂ ਲੈ ਕੇ 93-94 ਆ, ਹੁਣ ਫਿਰ ਆ ਗਿਆ। ਅਤੇ ਸਾਡੇ ਤਾਂ ਦੇਖੋ ਵੀ 8 ਦਿਨ ਹੀ ਕੋਠਿਆਂ 'ਤੇ ਛੱਤਾਂ ਉੱਪਰ ਲਾ ਕੇ ਤਰਪਾਲਾਂ ਬੈਠੇ ਰਹੇ ਜਦੋਂ ਪਾਣੀ ਆਇਆ ਨਾ। 8-7 ਦਿਨ ਤੋਂ ਬਾਅਦ ਰਾਸ਼ਨ ਮਿਲਿਆ, 8 ਦਿਨ ਪਾਣੀ ਨਹੀਂ ਮਿਲਿਆ ਪੀਣ ਨੂੰ। ਪਾਣੀ ਗੰਦਾ ਸੀਗਾ, ਬੋਰ ਜਿਹੜੇ ਸਾਰੇ ਸੀਗੇ ਮੋਟਰਾਂ ਉਹ ਡੁੱਬ ਗਈਆਂ, ਪਾਣੀ ਬਿਆਈ ਨਾਲ ਗੰਦਾ ਪੈ ਕੇ ਖਰਾਬ ਹੋ ਗਿਆ। ਅਤੇ ਫਸਲਾਂ 'ਤੇ ਤਾਂ ਬੁਰਾਦੀ ਹੋਣੀ ਹੋਣੀ ਸੀ, ਨਾਲ ਕਰਾਂ ਦੀ ਹੋ ਗਈ। ਜਿਹੜੀਆਂ ਮਕਾਨ ਚੰਗੇ ਵੀ ਲੋਕਾਂ ਪਾਏ ਸਾਰੇ ਤੇੜਾ ਤੋੜਾ ਪੈ ਗਿਆ। ਹੁਣ ਕਾਰਨ ਕੀ ਮੰਨਦੇ ਹੋ ਕਿ ਨੌਜਵਾਨ ਜਿਹੜੇ ਹੈਗੇ ਨੇ ਉਹ ਇਸ ਕਿੱਤੇ ਤੋਂ ਪਰੇ ਕਿਉਂ ਹੋ ਰਹੇ ਨੇ? ਕਿਸਾਨੀ ਲਾਹੇਵੰਦ ਧੰਦਾ ਕਿਉਂ ਨਹੀਂ ਰਿਹਾ? ਸਰਕਾਰਾਂ ਮਦਦ ਨਹੀਂ ਕਰ ਰਹੀਆਂ? ਸਰਕਾਰਾਂ ਮਦਦ ਨਹੀਂ ਕਰ ਰਹੀਆਂ, ਅਤੇ ਪੂਰੇ ਸਾਨੂੰ ਤਰੀਕੇ ਨਾਲ ਕੋਈ ਬੀਜ ਖਾਦ ਸਹੀ ਨਹੀਂ ਮਿਲ ਰਿਹਾ, ਆਮਦਨ ਘੱਟ ਰਹੀ ਆ ਅਤੇ ਖਰਚੇ ਵੱਧ ਰਹੇ ਆ, ਅਤੇ ਇਸ ਕਰਕੇ ਕਿਸਾਨੀ ਪਾਸਾ ਕਰ ਰਹੇ ਆ ਬੱਚੇ। ਫਸਲਾਂ ਦਾ ਵਾਜਬ ਭਾਅ ਮਿਲ ਨਹੀਂ ਰਿਹਾ? ਮਿਲ ਨਹੀਂ ਰਿਹਾ, ਅਤੇ ਜਿਹੜੇ ਬੀਜ ਖਾਦ ਆ ਇਹਨਾਂ ਦਾ ਰੇਟ ਵਧੀ ਜਾਂਦੇ ਆ, ਅਤੇ ਕਣਕ ਝੋਨੇ ਦਾ ਰੇਟ ਉੱਤੇ ਖੜਿਆ। ਇਹ ਬਹੁਤ ਆਉਂਦੇ ਆ, 100-50 ਰੁਪਈਆ ਉਹ ਵੱਧਦਾ ਵਾ ਗ੍ਰਾਮਾਂ 'ਚ, ਸਾਦਾ ਵੱਧਦਾ ਕੁਇੰਟਲਾਂ 'ਚ ਰੇਟ, ਜਦ ਜ਼ਿਮੀਂਦਾਰ ਦਾ ਵਾ ਇੱਕ ਕੁਇੰਟਲ 'ਚ 50 ਰੁਪਏ ਵਧਾਤੇ, ਉੱਧਰ ਵਧਾਤਾ ਦਵਾਈਆਂ ਦਾ ਵਧਾਤਾ, ਚਾਹੇ 200 ਦਾ ਲੀਟਰ 500 ਦਾ ਕਰਦਾ, 500 ਦਾ 1000 ਦਾ ਕਰਦਾ, ਉਹ ਲੀਟਰ ਕਿੰਨੇ ਦਾ 1000 ਦਾ, ਅਤੇ ਕੁਇੰਟਲ ਝੋਨੇ ਦਾ ਮਿਲਣਾ ਸਾਨੂੰ 50 ਰੁਪਈਏ ਰੇਟ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਮਲਕੀਤ ਸਿੰਘ। ਅੱਛਾ ਮਲਕੀਤ ਜੀ, ਕਾਰਨ ਕੀ ਮੰਨਦੇ ਹੋ ਕਿ ਅੱਜ ਕਿਸਾਨੀ ਕਿਉਂ ਛੱਡਦੇ ਜਾ ਰਹੇ ਨੇ ਲੋਕ? ਕਿਸਾਨੀ ਜੀ ਤਾਂ ਛੱਡਦੇ ਜਾ ਰਹੇ ਹਾਂ, ਸਾਡਾ 4 ਭਰਾ ਸੀ, 150 ਕਿੱਲਾ ਜ਼ਮੀਨ ਅਤੇ 20 ਕਿੱਲੇ ਜ਼ਮੀਨ ਅਜੇ ਉਹਦੇ ਵਿੱਚ ਪਾਣੀ ਤਾਰੂ, ਉਹ ਕਦੋਂ ਨਿਕਲੂਗਾ ਅਤੇ ਕਦੋਂ ਅਸੀਂ ਬੀਜਾਂਗੇ? ਅਤੇ ਜਿਹੜਾ ਨੌਜਵਾਨ ਵੀ ਹੈਗੇ ਨੇ ਉਹ ਵੀ ਕਿਸਾਨੀ ਤੋਂ ਪਰੇ ਹੋ ਹੁੰਦੇ ਜਾ ਰਹੇ ਨੇ, ਸਰਕਾਰ ਸੁਵਿਧਾਵਾਂ ਦੇ ਰਹੀ ਹੈ ਤੁਹਾਨੂੰ ਕੋਈ? ਕੋਈ ਸਰਕਾਰ ਇੱਕ ਪੰਜੀ ਦੀ ਨਹੀਂ ਦਿੱਤੀ, ਇੱਕ ਪੰਜੀ ਦੀ ਵੀ, ਅਤੇ ਸਰਕਾਰ ਦੇਵੇ ਤਾਂ ਫਿਰ ਜ਼ਮੀਨਦਾਰ ਥੱਲੇ ਹੀ ਨਾ ਜਾਵੇ। ਸਬਜ਼ੀ ਦਾ ਕੋਈ ਭਾਅ ਨਹੀਂ, ਝੋਨੇ ਦਾ ਕੋਈ ਭਾਅ ਨਹੀਂ, ਕਣਕ ਦਾ ਕੋਈ ਭਾਅ ਨਹੀਂ, ਅਤੇ ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਹੁਣ ਪਾਣੀ ਆਇਆ, ਕਿਸੇ ਸਰਕਾਰ ਨੇ ਪੁੱਛਿਆ ਨਹੀਂ ਸਾਨੂੰ, ਸਾਡੇ 20 ਕਿੱਲਿਆਂ ਦੇ ਵਿੱਚ ਪਾਣੀ ਖੜਾ, ਤਾਰੂ ਖੜਾ ਜੇ, ਅਤੇ ਉਹ ਜਦੋਂ 20 ਕਿੱਲਿਆਂ 'ਚ ਪਾਣੀ ਐਸਾ ਸੁੱਕੂਗਾ ਨਾ, ਅਸੀਂ ਕਿੱਦਾਂ ਕਾਮਯਾਬ ਹੋ ਜਾਵਾਂਗੇ? ਬਹੁਤ ਬਹੁਤ ਧੰਨਵਾਦ। ਆੜ੍ਹਤੀਆਂ ਨੇ ਮੈਨੂੰ ਪੈਸੇ ਨਹੀਂ ਦੇਣੇ, ਆੜ੍ਹਤੀਆਂ ਨੇ ਮੈਨੂੰ ਦੇਣੇ। ਫਿਰ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਹੋ ਜਦੋਂ ਇਸ ਸਥਿਤੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਆੜ੍ਹਤੀਆਂ ਦਾ, ਜਾਂ ਫਿਰ ਇਹ ਕਹਿ ਲਈਏ ਕਿ ਕਰਜ਼ੇ ਦਾ ਕੀ ਹੱਲ ਹੋ ਰਿਹਾ? ਕਰਜ਼ੇ ਦਾ ਜੀ ਲਿਮਟਾਂ ਚੁੱਕਦੇ ਮਾਰੀ ਦੇ, ਫਰਦਾਂ ਦਿੰਦੇ ਹਾਂ, ਲਿਮਟਾਂ ਚੱਕਦੇ ਹਾਂ, ਲਿਮਟਾਂ ਚੱਕ ਕੇ ਫਿਰ ਆਪਦਾ ਟਾਈਮ ਚਲਾਉਂਦੇ ਹਾਂ, ਇੱਦਾਂ ਚਲਾਉਂਦੇ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਬਾਈ, ਕੀ ਨਾਮ ਹੈ? ਕੁਲਦੀਪ ਸਿੰਘ। ਅੱਛਾ ਕੁਲਦੀਪ ਜੀ, ਕਾਰਨ ਕੀ ਮੰਨਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਕਿਸਾਨੀ ਤੋਂ ਪਰੇ ਹੁੰਦੇ ਜਾ ਰਹੇ ਨੇ ਲੋਕ? ਕਾਰਨ ਕੀ ਹੈ? ਕਾਰਨ ਕੀ ਆ, ਪਾਣੀ ਆਇਆ ਵਾ, ਨਾ ਕੋਈ ਸਾਡੀ ਬਾਂਹ ਫੜਦਾ, ਜਨਤਾ ਨੇ ਬਾਂਹ ਫੜੀ ਆ, ਜਨਤਾ ਨੇ ਟੀਕੇ ਲਵਾਉਣ ਨੂੰ ਪੈਸੇ ਉਹ ਦੇ ਕੇ ਗਏ ਆ, ਪੈਸੇ ਸਾਨੂੰ ਮਿਲਦੇ ਰਹੇ ਆ, ਕੋਈ 2000 ਦਿੰਦਾ, ਕੋਈ 1500 ਦਿੰਦਾ ਰਿਹਾ, ਆਟਾ ਵੀ ਮਿਲਦਾ ਰਿਹਾ। ਜਿਹੜੀਆਂ ਫਸਲਾਂ ਤੁਸੀਂ ਉਗਾਉਂਦੇ ਹੈਗੇ ਆ, ਜਿਸ ਤਰੀਕੇ ਦੇ ਨਾਲ, ਚਾਹੇ ਕੋਈ ਵੀ ਫਸਲ ਹੋਵੇ, ਜਦੋਂ ਮੰਡੀ ਦੇ ਵਿੱਚ ਜਾਂਦੀ ਹੈ ਵਾਜਬ ਮੁੱਲ ਮਿਲਦਾ? ਨਾ, ਕੋਈ ਭਾਅ ਨਹੀਂ ਮਿਲਦਾ, ਉਦੋਂ ਠੋਡੀ ਵੱਜਦੇ ਆ ਵੀ ਸਰਕਾਰ ਮਤ ਨਹੀਂ ਕਰ। ਸਰਕਾਰ ਤਾਂ ਇਹ ਵੀ ਕਹਿੰਦੀ ਹੈ ਕਿ ਮੰਡੀਆਂ ਦੇ ਵਿੱਚ ਸਹੂਲਤਾਂ ਪੂਰੀਆਂ ਹੈਗੀਆਂ ਨੇ ਹਰ ਇੱਕ ਪੱਧਰ ਦੇ ਉੱਤੇ, ਜਿਹੜੇ ਸਵਾਮੀਨਾਥਨ ਰਿਪੋਰਟ ਦੇ ਮੁਤਾਬਿਕ ਭਾਅ ਦਿੱਤੇ ਜਾ ਰਹੇ ਨੇ, ਇਹ ਵੀ ਦਾਅਵੇ ਕੀਤੇ ਜਾਂਦੇ ਨੇ, ਤੁਹਾਨੂੰ ਲੱਗਦਾ ਕਿ ਭਾਅ ਜਿਹੜੇ ਦਾਅਵੇ 10-10 ਦਿਨ ਰੁੜੀਦਾ ਉੱਥੇ, ਜੇ ਕਿਤੇ ਫਸਲ ਹੁੰਦੀ 10-10 ਦਿਨ ਰੁੜੀਦਾ ਵਿਕਦੀ ਫੇਰ ਨਹੀਂ ਉੱਥੇ ਤਾਂ ਨਹੀਂ ਆਉਂਦਾ 10 ਦਿਨ ਉੱਥੇ ਜਨਤਾ ਨੇ ਕੀਤੀ ਆ, ਤੇ ਜਾਂ ਆਪਣੇ ਸਹਿਦਾ ਤੁਸੀਂ ਕੀਤੀ ਆ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਕੁਝ ਹੋਰ ਲੋਕ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬਾਬਾ ਜੀ? ਮਲਕੀਤ ਸਿੰਘ। ਅੱਛਾ ਮਲਕੀਤ ਜੀ, ਕਾਰਨ ਕੀ ਮੰਨਦੇ ਹੋ ਕਿ ਸਰਕਾਰ ਦੇ ਵੱਲੋਂ ਜੋ ਕਿਸਾਨੀ ਅੱਜ ਕਿਸਾਨ ਛੱਡਦੇ ਜਾ ਰਹੇ ਨੇ, ਉਹਨਾਂ ਦੀ ਬਾਂਹ ਕਿਉਂ ਨਹੀਂ ਫੜੀ ਜਾ ਰਹੀ ਸਰਕਾਰ ਦੇ ਵੱਲੋਂ? ਬਾਂਹ ਸਰਕਾਰ ਤਾਂ ਫੜਦੀ ਨਹੀਂ ਗੀ, ਹੋਰ ਸਥਾਵਾਂ ਜਿਹੜੀਆਂ ਉਹ ਫੜਦੀਆਂ, ਛੱਡ ਰਿਹਾ ਹੁਣ, ਜੇ ਪਾਣੀ ਆ ਗਿਆ ਫਸਲਾਂ ਮਰ ਗਈਆਂ, ਕਰਜ਼ੇ ਸਿਰ ਚੜ੍ਹ ਗਿਆ, ਮੁੰਡੇ ਜਿਹੜੇ ਉਹ ਹੁਣ ਕੰਮ ਕਰਕੇ ਰਾਜ਼ੀ ਨਹੀਂ ਗੇ। ਅੱਛਾ, ਨੌਜਵਾਨ ਪੀੜ੍ਹੀ ਵੀ ਕਿਸਾਨੀ ਤੋਂ ਪਰਾਂ ਹੁੰਦੀ ਜਾ ਰਹੀ ਹੈ, ਕਾਰਨ ਕੀ ਮੰਨਦੇ ਹੋ ਕਿ ਵਿਦੇਸ਼ਾਂ ਨੂੰ ਜਾਣਾ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ, ਕਿਸਾਨੀ ਕਰਨ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ? ਜਾਣਾ ਹੀ ਜਦ ਇਸ ਬਣਦਾ ਕੁਛ ਨਹੀਂ, ਤਾਂ ਜੇ ਨਾ ਘੱਲਾਂਗੇ ਲੜਦੇ ਅਗਲੇ, ਕਿ ਤੈਨੂੰ ਕੁੱਟਾਂ ਮਾਰਾਂਗੇ, ਤੈਨੂੰ ਪੈਲੀ ਵਿੱਚ ਸਾਨੂੰ ਘੱਲੋ। ਵਾਜਬ ਮੁੱਲ ਨਹੀਂ ਮਿਲ ਰਿਹਾ ਫਸਲਾਂ ਦਾ, ਕੁਛ ਨਹੀਂ ਮਿਲ ਰਿਹਾ, ਨਾ ਕੁਛ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਇਹ ਹੋਈ, ਜਿਹੜੇ ਲੋਕਾਂ ਦੇ ਕਰਜ਼ੇ ਹੈ ਇਹਨਾਂ ਨੂੰ ਮਾਫ਼ ਕਰ ਦੇਵੇ, ਅਤੇ ਜਾਂ ਜਿਹੜੇ ਹੁਣ ਹੋਰ ਚੀਜ਼ਾਂ ਹੈਗੀਆਂ ਇਹਨੂੰ ਕੋਈ ਸਹੂਲਤ ਦੇਵੇ, ਤਾਂ ਹੀ ਹਾਂ ਜੋ ਕਰਜ਼ਿਆਂ ਲੋਕਾਂ ਨੇ ਜਾਣਾ ਹੀ ਆ ਕਿਸੇ ਕਿਸੇ ਪਾਸੇ, ਇਹੋ ਕਹਿੰਦਾ ਵੋਟਾਂ ਵੇਲੇ ਲੈਣ ਵਾਲੀ ਆ ਜਾਂਦੇ ਆ, ਅਤੇ ਜੋ ਇਹੋ ਜਿਹਾ ਕੰਮ ਦਾ ਕੋਈ ਆਉਂਦਾ ਨਹੀਂ ਗਾ, ਉਹਨੂੰ ਵਿਹਲੇ ਕਰ ਜਾਂਦੇ ਆ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਸੰਤੋਖ ਸਿੰਘ ਜੀ। ਅੱਛਾ ਸੰਤੋਖ ਜੀ, ਕਾਰਨ ਕੀ ਮੰਨਦੇ ਹੋ ਕਿ ਅੱਜ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਹੈਗੇ ਨੇ, ਖਾਸ ਕਰਕੇ ਕਿਸਾਨ ਜਿਹੜੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਨੇ, ਮੁੱਖ ਕਿੱਤਾ ਕਿਸਾਨੀ ਹੈਗਾ ਸੀ, ਕਿਸਾਨੀ ਤੋਂ ਹੀ ਮੂੰਹ ਮੋੜ ਰਹੇ ਨੇ? ਕਿਸਾਨੀ ਤੋਂ ਮੂੰਹ ਮੋੜਨਾ ਜੀ, ਕਿਸਾਨੀ ਦਾ ਕੋਈ ਲਾਹੇਵੰਦ ਧੰਦਾ ਨਹੀਂ ਰਹਿ ਗਿਆ, ਕਿਸਾਨੀ ਦਾ ਘਾਟੇਵੰਦ ਦਾ ਸੌਦਾ ਹੈ ਜੀ। ਹਰ ਇੱਕ ਨੇ ਮੁੱਖ ਤੋਂ ਮੋੜਨਾ ਹੀ ਆ ਜੀ। ਕੋਈ ਵੀ ਬਿਜ਼ਨਸਮੈਨ ਹੈਗਾ, ਹਰ ਕੋਈ ਲਾਹੇਵੰਦੀ ਆ, ਕੋਈ ਧੰਦਾ ਕਰ ਲਓ, ਕਿਸਾਨੀ ਧੰਦਾ ਆ ਜੀ, ਘਾਟੇਬੰਦੀ ਸੌਦਾ। ਕਿਸਾਨੀ ਕੋਈ ਕਰਕੇ ਕੁਛ ਹੀ ਨਹੀਂ ਗਾ ਜੀ, ਕੋਈ ਸਰਕਾਰਾਂ ਨਹੀਂ ਮਦਦ ਕਰ ਰਹੀਆਂ। ਸਾਡੇ ਹੁਣ ਜਿੱਦਾਂ ਏਰੀਏ ਦੇ ਵਿੱਚ ਫਲੱਡ ਆਇਆ ਜੀ, ਕੋਈ ਪੈਸੇ ਦੀ ਸਹੂਲਤ, ਕੋਈ ਕਿਸੇ ਨੇ ਗੌਰਮੈਂਟ ਨੇ ਕੋਈ ਸਹੂਲਤ ਨਹੀਂ ਕੀਤੀ, ਅਤੇ ਇਹਦੇ ਵੱਲ ਤਾਂ ਸਾਨੂੰ ਤਾਂ ਹੋਰ ਹੀ ਲਾਹੇਵੰਦ ਘਾਟੇਬੰਦ ਸੌਦਾ ਹੋ ਗਿਆ ਸਾਡਾ ਤਾਂ। ਅੱਛਾ, ਜਦੋਂ ਫਸਲਾਂ ਲੈ ਕੇ ਮੰਡੀ ਦੇ ਵਿੱਚ ਜਾਂਦੇ ਹੋ, ਫਿਰ ਕਿਸ ਤਰੀਕੇ ਦੇ ਨਾਲ ਉੱਥੇ ਵਤੀਰਾ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਜਿਹੜੀਆਂ ਤੁਹਾਡੀਆਂ ਫਸਲਾਂ ਹੈਗੀਆਂ ਨੇ ਉਹਦੇ ਭਾਅ ਮਿਲਦੇ ਨੇ, ਜਿਸ ਤਰ੍ਹਾਂ ਦੇ ਨਾਲ ਤੁਸੀਂ ਸੋਚ ਕੇ ਜਾਂਦੇ ਹੋ ਉਸ ਤਰੀਕੇ ਦੇ ਨਾਲ ਭਾਅ ਮਿਲਦੇ ਹੈਗੇ ਨੇ? ਨਹੀਂ ਜੀ, ਕੋਈ ਭਾਅ ਨਹੀਂ ਜੀ, ਕੋਈ ਭਾਅ ਨਹੀਂ। ਸਰਕਾਰਾਂ ਦੇ ਇੱਥੇ ਆਪਦੀ ਮਰਜ਼ੀ ਦਾ ਰੇਟ ਆ ਜੀ, 10-10 ਦਿਨ ਬਹਿ ਕੇ ਮੰਡੀਆਂ 'ਚ ਆ ਜੀ ਦਾ ਅਖੀਰ ਕੇ। ਇਹ ਤਾਂ ਵੇਚਣ ਵਾਲੀ ਗੱਲ ਨਹੀਂ ਜੀ, ਫਸਲ ਸੁੱਟਣ ਵਾਲੀ ਗੱਲ ਹੋ ਜਾਂਦੀ ਹੈ, ਜਿੱਦਾਂ ਸੁੱਟਣੀ ਹੈ ਜੀ। ਫਸਲ ਦਾ ਕੋਈ ਭਾਅ ਨਹੀਂ, ਕੋਈ ਮੁੱਲ ਨਹੀਂ ਸਾਡੀਆਂ। ਜਿੱਦਾਂ ਹੁਣ ਕੋਈ ਫਲੱਡ ਏਰੀਏ ਦੇ ਜਿੰਨਾ, ਕੋਈ ਇਹਦੇ ਬਾਰੇ ਪੱਕਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ, ਜਿੱਦਾਂ ਕੋਈ ਸਾਡੀਆਂ ਲਿਮਟਾਂ ਡਿਫਾਲਟਰ ਹੋਈਆਂ ਨੇ ਉਹਨਾਂ ਬਾਰੇ ਕੋਈ ਸਹੂਲਤ ਆਉਣੀ ਚਾਹੀਦੀ ਹੈ, ਚਾਹੇ ਕੋਈ ਸੁਸਾਇਟੀਆਂ ਨੇ, ਕੋਈ ਸਾਨੂੰ ਸਰਕਾਰੀ ਸਹੂਲਤ ਨਹੀਂ ਦੇ ਰਿਹਾ। ਅਤੇ ਇਹਦੇ ਬਾਰੇ ਤਾਂ ਹੋਰ ਲਾਹੇਵੰਦ ਸੌਦਾ ਤਾਂ ਘਾਟੇਬੰਦੀ ਸੌਦਾ ਹੋ ਜੂਗਾ, ਜਿੱਦਾਂ ਵੀ ਹੋਰ ਜ਼ਿਮੀਂਦਾਰ ਤਾਂ ਅੱਗੇ ਥੱਲੇ ਡੁੱਬਿਆ ਮਰਿਆ ਪਿਆ ਰਹਿੰਦਾ ਵੀ ਮਰ ਡੁੱਬ ਜਾਊਗਾ, ਅਤੇ ਕੋਈ ਇਹਦਾ ਹੱਲ ਪੱਕਾ ਨਹੀਂ ਕਰ ਰਹੀ ਸਰਕਾਰ, ਨਾ ਕੋਈ ਖਰਾਬਾ ਨਾ ਗ੍ਰਾਂਟ ਕੁਛ ਨਹੀਂ ਦਿੱਤਾ ਸਰਕਾਰ ਨੇ, ਕੋਈ ਸੰਸਥਾ ਹੀ ਦੇ ਰਹੀਆਂ ਨੇ ਜੋ ਵੀ ਸਹੂਲਤਾਂ ਦੇ ਰਹੀਆਂ ਨੇ, ਸਰਕਾਰ ਦੀ ਅਤੇ ਨਾਂ ਦੀ ਕੋਈ ਚੀਜ਼ ਹੈ ਨਹੀਂ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਪਰਮਜੀਤ ਸਿੰਘ। ਅੱਛਾ ਪਰਮਜੀਤ ਜੀ, ਨੌਜਵਾਨ ਕਿਉਂ ਛੱਡਦੇ ਜਾ ਰਹੇ ਨੇ ਕਿਸਾਨੀ, ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਕਿ ਬਾਹਰ ਜਾਣ ਨੂੰ ਦੇ ਰਹੇ ਨੇ ਪਹਿਲ ਪਰ ਕਿਸਾਨੀ ਕਰਨ ਨੂੰ ਨਹੀਂ? ਮੁੱਖ ਕਿੱਤਾ ਹੈ ਪੰਜਾਬ ਦਾ ਕਿਸਾਨੀ। ਮੁੱਖ ਕਿੱਤਾ ਇਹੋ ਹੈ ਜੀ, ਮਹਿੰਗਾਈ ਬਹੁਤ ਜ਼ਿਆਦਾ ਵਾ, ਇੱਕ ਜੋ ਜੇ ਮੰਨ ਕੇ ਚਲੋ ਇੰਜਣ 'ਤੇ ਜੇ ਕਿਸੇ ਦੀ ਜ਼ਮੀਨ ਆ ਥੋੜ੍ਹੀ ਬਹੁਤੀ, ਕਿੱਲਾ 2 ਕਿੱਲੇ ਆ, ਉਹ 65 ਜਾਂ 66 ਰੁਪਏ ਲੀਟਰ ਤੇਲ ਆ ਇਸ ਟਾਈਮ। ਸਾਡੇ ਖੁਦ ਇੱਕ ਕਿੱਲਾ ਜ਼ਮੀਨ ਦਾ ਵਾ ਮੇਰੇ ਕੋਲ, ਅਸੀਂ ਆਪ ਖੇਤੀ ਕਰੀਦਾ, ਜਿੱਦਾਂ ਹੁਣ ਛੋਟੀ ਫਸਲ ਵੀ ਲਾ ਲਈ ਮੰਨ ਕੇ ਚਲੋ, ਲਸਣ ਵਗੈਰਾ ਜਾਂ ਹੋਰ ਛੋਟੀ ਮੋਟੀ ਸਬਜ਼ੀ ਬੀਜ ਲਈ, ਉਹਦਾ ਕੋਈ ਮੁੱਲ ਨਹੀਂ ਹੈਗਾ। ਜੇ ਹੁਣ ਐਤਕੀ ਲਸਣ ਦਾ ਰੇਟ ਹੈਗਾ ਮੰਨ ਕੇ ਚੱਲ 100 ਰੁਪਏ ਦਾ ਵੀ, 120 ਰੁਪਏ 200 ਤੱਕ ਹੈਗਾ ਵਾ, ਅਤੇ ਸਾਡਾ ਲਸਣ ਹੀ ਜੇ ਹੜ੍ਹ ਨਾਲ ਡੁੱਬ ਗਿਆ, ਜੇ ਪਿਛਲੀ ਸਾਲ ਲਾਇਆ ਸੀ ਤਾਂ ਉਦੋਂ 5 ਰੁਪਏ ਕਦੇ 2 ਰੁਪਏ ਕਿਲੋ ਜਾਂ 10 ਰੁਪਏ ਕਿਲੋ ਜਾ ਰਿਹਾ ਸੀ, ਅਤੇ ਇਸ ਕਾਰਨ ਸਾਰੇ ਕਿਸਾਨ ਜੋ ਵੀ ਖਰਚਾ ਕਰਦੇ ਦੁੱਗਣੀ ਮਿਹਨਤ ਕਰੀ ਜਾਂਦੇ ਆ, ਅਤੇ ਉਹ ਪੱਲੇ ਨਹੀਂ ਪੈ ਰਿਹਾ, ਅਤੇ ਇਸ ਕਾਰਨ ਅਸੀਂ ਕਹਿੰਦੇ ਹਾਂ ਵੀ ਕਿਸਾਨੀ ਛੱਡ ਦਈਏ। ਅਤੇ ਕਿਸਾਨੀ ਨੂੰ ਬਚਾਉਣ ਦੇ ਲਈ ਸਰਕਾਰ ਤੋਂ ਕੀ ਮੰਗ ਹੈਗੀ ਹੈ, ਕਿਉਂਕਿ ਸਰਕਾਰ ਬਹੁਤ ਕੁਝ ਕਰ ਸਕਦੀ? ਸਰਕਾਰ ਤੋਂ ਇਹੋ ਮੰਗ ਆ ਜੇ ਸਹੂਲਤਾਂ ਸਹੀ ਦਿੱਤੀਆਂ ਜਾਣ, ਜਿੱਦਾਂ ਹੁਣ ਸਾਰੀ ਚੀਜ਼ ਮਹਿੰਗਾਈ, ਜੇ ਡੀਜ਼ਲ ਦਾ ਰੇਟ 65 ਰੁਪਏ ਆ ਇੱਕ ਟਾਈਮ ਦਾ, ਅਤੇ ਘੰਟੇ 'ਚ ਇੱਕ ਘੰਟੇ 'ਚ ਇੱਕ ਕਨਾਲ ਭਰਦਾ ਇੰਜਨ, ਜੇ ਮੰਨ ਕੇ ਚੱਲ ਮੋਟਰ ਮਿਲ ਜਾਵੇ, ਜਿੱਦਾਂ ਮੋਟਰ ਲੱਗ ਜਾਵੇ ਸਰਕਾਰੀ ਤੌਰ 'ਤੇ, ਜੋ ਸਹੂਲਤ ਮਾੜਾ ਬੰਦਾ ਮੋਟਰ ਵੀ ਲਵਾ ਸਕਦਾ, ਜਾਂ ਜਿੱਦਾਂ ਹੁਣ ਲਿਮਿਟ ਚੱਕਣੀ ਆ ਮਾੜੇ ਬੰਦੇ ਨੇ, ਇੱਕ ਖੇਤ 'ਤੇ ਲਿਮਿਟ ਨਹੀਂ ਮਿਲ ਸਕਦੀ, ਜਾਂ ਕੁਛ ਵੀ ਕੋਈ ਕਰਜ਼ਾ ਲੈਣਾ ਹੋਵੇ ਕਿਸੇ ਤਰ੍ਹਾਂ ਦੀ, ਕੋਈ ਸਹੂਲਤ ਨਹੀਂ ਮਿਲਣੀ ਸਰਕਾਰ ਕੋਲੋਂ। ਜੇ ਦੂਜੇ ਨੰਬਰ 'ਤੇ ਜੇ ਨੌਕਰੀਆਂ ਵਾ, ਕੋਈ ਸਰਕਾਰ ਨੌਕਰੀ ਨਹੀਂ ਕਿਸੇ ਨੂੰ ਦੇ ਰਹੀ, ਸਰਕਾਰ ਇਹੋ ਮੰਗ ਕਰਦੇ ਹਾਂ ਵੀ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਵਾ, ਅਤੇ ਹੋਰ ਮੈਂ ਇਸ ਤੋਂ ਧੰਨਵਾਦ ਕਰਦਾ ਵਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਕਿਤੇ ਨਾ ਕਿਤੇ ਲੋਕਾਂ ਦਾ ਰੋਸ ਵੀ ਝਲ ਕੇ, ਹਾਲਾਂਕਿ ਇਲਜ਼ਾਮ ਵੀ ਲਗਾਏ ਨੇ ਕਿ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ, ਚੋਣਾਂ ਸਮੇਂ ਘਰ ਘਰ ਜਾ ਕੇ ਕਿਸਾਨਾਂ ਦੀ ਬਾਂਹ ਫੜਨ ਦੇ ਵੀ ਦਾਅਵੇ ਕੀਤੇ ਜਾਂਦੇ ਨੇ, ਪਰ ਇਹਨਾਂ ਦਾਅਵਿਆਂ ਤੋਂ ਬਾਅਦ ਜਦੋਂ ਚੋਣਾਂ ਜਿੱਤ ਜਾਂਦੇ ਨੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਉਹ ਦਾਅਵੇ ਹੁੰਦੇ ਨੇ ਉਹਨਾਂ ਨੂੰ ਅਸਲੀ ਰੂਪ ਨਹੀਂ ਦਿੱਤਾ ਜਾਂਦਾ। ਕਿਸਾਨਾਂ ਦਾ ਕਹਿਣਾ ਕਿ ਆਖਿਰ ਕਿਸਾਨੀ ਇਸ ਲਈ ਛੱਡੀ ਜਾ ਰਹੀ ਹੈ ਜਿੱਥੇ ਫਸਲਾਂ ਦੇ ਵਾਜਬ ਨਮੁੱਲ ਨਹੀਂ ਮਿਲ ਰਹੇ, ਕਿਸਾਨਾਂ ਦੇ ਨਾਲ ਸਰਕਾਰ ਦੇ ਵੱਲੋਂ ਧੱਕਾ ਕੀਤਾ ਜਾਂਦਾ ਹੈ, ਅਤੇ ਇਹਨਾਂ ਧੱਕਿਆਂ ਦੇ ਬਾਵਜੂਦ ਕਿਸਾਨ ਆਖਿਰ ਕਿਸਾਨੀ ਕਿਉਂ ਕਰਨ? ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ, ਕਿਸਾਨੀ ਨੂੰ ਪਹਿਲ ਕਦੇ ਵੀ ਨਹੀਂ ਦੇ ਰਹੇ, ਇਹ ਕਿਸਾਨਾਂ ਦਾ ਕਹਿਣਾ ਕਿ ਕਿਸਾਨੀ ਛੱਡਣ ਪਿੱਛੇ ਇਹ ਕਾਰਨ ਨੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।